ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਸਮਾਰੋਹ ਵਜੋਂ ਮਨਾਉਣ ਦੀ ਯੋਜਨਾ ਤਹਿਤ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪਵਿੱਤਰ ਅਸਥਾਨਾਂ ਨੂੰ ਜੋੜਦੀਆਂ ਸੜਕਾਂ ਦਾ ਨਾਮ ਗੁਰੂ ਨਾਨਕ ਮਾਰਗ ਰੱਖਣ ਅਤੇ ਪਿੰਡ ਦਾ ਸਰਬਪੱਖੀ ਵਿਕਾਸ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਉੱਤੇ ਨਾਭਾ ਬਲਾਕ ਦੇ ਪਿੰਡ ਛਿੱਟਾਂ ਵਾਲਾ ਵਿਖੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਇਸ ਇਲਾਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੁਬਾਰਾ ਸਾਹਿਬ ਬਣਿਆ ਹੋਇਆ ਹੈ, ਜਿੱਥੇ ਗੁਰੂ ਜੀ ਨੇ 17 ਦਿਨ ਰਹੇ ਨੇ ਅਤੇ ਆਸਾ ਦੀ ਵਾਰ ਦਾ ਸ਼ਬਦ ਦਾ ਸਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਹੀ ਉਚਾਰਿਆ ਸੀ ਅਤੇ ਉਸ ਸਮੇਂ ਚੁਬਾਰੇ ਦੀ ਚੁਗਾਠ ਅੱਜ ਵੀ ਪਵਿੱਤਰ ਸਥਾਨ ਦੇ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਹੈ। ਇਹ ਤਾਂ ਬਹੁਤ ਚੰਗਾ ਉਪਰਾਲਾ ਕੀਤਾ ਕੈਪਟਨ ਸਾਹਿਬ ਨੇ ਕਿ ਜਿਹੜਾ ਗੁਰੂ ਨਾਨਕ ਮਾਰਗ ਬਣਾ ਰਹੇ ਨੇ 500 ਸਾਲਾਂ ਉਹਦੇ ਆਧਾਰ 'ਤੇ ਇਸ ਸਥਾਨ 'ਤੇ ਗੁਰੂ ਨਾਨਕ ਮਹਾਰਾਜ ਜੀ ਗੁਰਦੁਆਰਾ ਚੁਬਾਰਾ ਸਾਹਿਬ ਛਿੱਟਾਂ ਵਾਲੇ ਮਹਾਰਾਜ ਜੀ ਰਹੇ ਨੇ 17 ਦਿਨ। ਜਿਹੜੇ ਭਗਤਾਂ ਦੇ ਘਰ ਮਹਾਰਾਜ ਜੀ ਰਹੇ ਸੀ ਉਹ ਅੱਜ ਵੀ ਉਹਨਾਂ ਦਾ ਪਰਿਵਾਰ ਮੌਜੂਦ ਹੈ, ਉਹਨਾਂ ਕੋਲ ਮਹਾਰਾਜ ਦੀਆਂ ਨਿਸ਼ਾਨੀਆਂ ਵੀ ਹੈਗੀਆਂ ਨੇ, ਉਹ ਸਾਨੂੰ ਦੇਣਗੇ ਸੰਗਤ ਦੇ ਦਰਸ਼ਨ ਕਰਨ ਲਈ। ਅਤੇ ਅੱਜ ਵੀ ਇਸ ਸਥਾਨ ਦੇ ਉੱਤੇ ਜਿਹੜੇ ਚੁਬਾਰੇ ਦੀ ਚੁਗਾਟ ਹੈ ਉਹ ਮੌਜੂਦ ਹੈ, ਸੰਗਤਾਂ ਉਹਦੇ ਦਰਸ਼ਨ ਕਰਦੀਆਂ ਨੇ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ 17 ਦਿਨ ਇਸ ਸਥਾਨ 'ਤੇ ਰਹੇ ਨੇ। ਸੰਗਤਾਂ ਦੇ ਸਾਂਝੇ ਰਹਿਬਰ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਹੈ। ਪਿੰਡ ਮਨਸੂਰਪੁਰ ਇਸਦਾ ਪਹਿਲਾਂ ਨਾਂ ਸੀ, ਅੱਜ ਕੱਲ੍ਹ ਇਹਨੂੰ ਛਿੱਟਾਂ ਵਾਲੇ ਦੇ ਨਾਂ 'ਤੇ ਜਾਣਿਆ ਜਾਂਦਾ। ਗੁਰੂ ਨਾਨਕ ਮਹਾਰਾਜ ਇੱਥੇ 17 ਦਿਨ ਇਸ ਸਥਾਨ 'ਤੇ ਰਹੇ ਨੇ। ਉਹ ਚੁਬਾਰਾ ਸੁਸ਼ੋਭਿਤ ਹੈ ਜਿੱਥੇ ਮਹਾਰਾਜ ਰਹੇ ਨੇ, ਔਰ ਉਸ ਚੁਬਾਰੇ ਦੀ ਚੁਗਾਠ ਵੀ ਇਸ ਗੁਰੂ ਘਰ ਵਿੱਚ ਸੁਸ਼ੋਭਿਤ ਹੈ ਜਿੱਥੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ। ਜੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਜੋ ਪ੍ਰਕਾਸ਼ ਦਿਹਾੜਾ ਹੈ ਉਹਦੇ ਸੰਬੰਧ ਵਿੱਚ ਸਰਕਾਰ ਵੱਲੋਂ ਜੋ ਪ੍ਰੋਗਰਾਮ ਉਹ ਲਿਖਿਆ ਗਿਆ ਉਹਦੇ ਵਿੱਚ ਕੁਛ ਪਿੰਡ ਸਿਲੈਕਟ ਕੀਤੇ ਨੇ ਜੋ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦੀ ਵਿਜਿਟਸ ਨਾਲ ਉਹਨਾਂ ਦੀ ਮਤਲਬ ਯਾਤਰਾਵਾਂ ਨਾਲ ਐਸੋਸੀਏਟਡ ਨੇ। ਉਹਦੇ ਵਿੱਚੋਂ ਸਭ ਤੋਂ ਵਧੀਆ ਨਾਭਾ ਦਾ ਪਿੰਡ ਹੈ ਛਿੱਟਾਂ ਵਾਲਾ, ਉਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਕਰਕੇ ਸਰਕਾਰ ਨੇ ਪ੍ਰੋਗਰਾਮ ਬਣਾਇਆ ਵੀ ਇਸ ਪਿੰਡ ਨੂੰ ਪੂਰਾ ਮਾਡਲ ਵਿਲੇਜ ਦੀ ਤਰ੍ਹਾਂ ਡਿਵੈਲਪ ਕੀਤਾ ਜਾਵੇ।